23 ਮਾਰਚ 1931 ਜਿਸ ਦਿਨ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਨੂੰ ਤਿੰਨਾਂ ਨੂੰ ਹੀ ਫਾਂਸੀ ਦਿੱਤੀ ਗਈ ਸੀ। ਲਾਹੌਰ ਜੇਲ੍ਹ 23 ਮਾਰਚ 1931 ਭਗਤ ਸਿੰਘ ਨੂੰ ਵਕੀਲ ਪ੍ਰਾਣਨਾਥ ਮਹਿਰਾ ਉਹਨਾਂ ਨੂੰ ਮਿਲਣ ਆਏ ਤੇ ਜੇਲ੍ਹ ਦੇ ਵਿੱਚ ਸ਼ੇਰ ਦੇ ਵਾਂਗ ਘੁੰਮ ਰਿਹਾ ਸੀ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਭਗਤ ਸਿੰਘ ਨੇ ਉਹਨਾਂ ਤੋਂ ਇੱਕ ਕਿਤਾਬ ਮੰਗਾਈ। ਉਸ ਕਿਤਾਬ ਨੂੰ ਜਲਦੀ ਜਲਦੀ ਪੜ੍ਹਨਾ ਸ਼ੁਰੂ ਕਰ ਦਿੱਤਾ। ਵਕੀਲ ਦੇ ਜਾਣ ਤੋਂ ਬਾਅਦ ਹੀ ਜੇਲ੍ਹ ਦੇ ਅਧਿਕਾਰੀਆਂ ਨੇ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਨੂੰ ਦੱਸਿਆ ਕਿ ਤੁਹਾਨੂੰ 12 ਘੰਟੇ ਪਹਿਲਾਂ ਹੀ ਫਾਂਸੀ ਦਿੱਤੀ ਜਾ ਰਹੀ ਹੈ। ਅਗਲੇ ਦਿਨ 6 ਵਜੇ ਦੀ ਫਾਂਸੀ ਦੀ ਬਜਾਏ ਉਹਨਾਂ ਨੂੰ ਸ਼ਾਮ ਨੂੰ 7 ਵਜੇ ਫਾਂਸੀ ਦਿੱਤੀ ਜਾ ਰਹੀ ਸੀ। ਇਹ ਸਭ ਸੁਣ ਕੇ ਸ਼ਹੀਦ ਭਗਤ ਸਿੰਘ ਨੇ ਜੇਲ੍ਹ ਦੇ ਅਧਿਕਾਰੀਆਂ ਨੂੰ ਕਿਹਾ ਕਿ ਮੇਰੀ ਕਿਤਾਬ ਵਿਚਕਾਰ ਹੀ ਰਹਿ ਜਾਊਗੀ। ਭਗਤ ਸਿੰਘ ਨੇ ਜੇਲ੍ਹ ਦੇ ਸਫਾਈ ਕਰਮਚਾਰੀ ਨੂੰ ਘਰ ਦੀ ਰੋਟੀ ਲਈ ਕਿਹਾ ਸੀ। ਥੋੜ੍ਹੀ ਦੇਰ ਦੇ ਬਾਅਦ ਵਿੱਚ ਹੀ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਨੂੰ ਤਿੰਨਾਂ ਨੂੰ ਕੋਠੜੀਆਂ ਦੇ ਵਿੱਚੋਂ ਬਾਹਰ ਕੱਢਿਆ ਫਾਂਸੀ ਦੇਣ ਦੇ ਲਈ ਤੇ ਤਿੰਨਾਂ ਨੇ ਹੀ ਬਾਹਰ ਆ ਕੇ ਹੱਥ ਜੋੜ ਕੇ ਆਜ਼ਾਦੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਫਿਰ ਤਿੰਨਾਂ ਦਾ ਇੱਕ ਇੱਕ ਕਰਕੇ ਬਚਨ ਲਿਆ ਗਿਆ ਤੇ ਆਖਰੀ ਇਸ਼ਨਾਨ ਲਈ ਕਿਹਾ ਗਿਆ। ਤਿੰਨਾਂ ਨੂੰ ਕਾਲੇ ਰੰਗ ਦੇ ਕੱਪੜੇ ਦਿੱਤੇ ਗਏ ਤੇ ਕੱਪੜਿਆਂ ਨੂੰ ਪਾਉਣ ਨੂੰ ਕਿਹਾ, ਪਰ ਇਹਨਾਂ ਦੇ ਫੇਸ ਕਵਰ ਨਹੀਂ ਕੀਤੇ ਗਏ। ਇਸੇ ਤਰ੍ਹਾਂ ਹੀ ਜਦੋਂ ਸ਼ਾਮ ਦੇ 3 ਵਜੇ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਤੋਂ ਬਾਅਦ ਹੀ ਤਿੰਨਾਂ ਨੇ ਦੇਸ਼ ਭਗਤੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਜੇਲ੍ਹ ਦੇ ਵਿੱਚ ਬਾਕੀ ਬੰਦ ਪਏ ਕੈਦੀ ਵੀ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਣ ਲੱਗੇ। ਤੋਂ ਬਾਅਦ ਹੀ ਤਿੰਨਾਂ ਨੂੰ ਫਾਂਸੀ ਦੇ ਤਖ਼ਤ ਤੇ ਖੜਾ ਕਰ ਦਿੱਤਾ ਗਿਆ ਤੇ ਤਿੰਨਾਂ ਦੇ ਗਲਿਆਂ ਦੇ ਵਿੱਚ ਫਾਂਸੀ ਦੀ ਰੱਸੀ ਪਾ ਦਿੱਤੀ ਗਈ। ਤਿੰਨਾਂ ਦੇ ਹੀ ਹੱਥ ਪੈਰ ਬੰਨ ਦਿੱਤੇ। ਜਲਾਦ ਨੇ ਇੱਕ ਇੱਕ ਕਰਕੇ ਤਿੰਨਾਂ ਦੀਆਂ ਰੱਸੀਆਂ ਖਿੱਚ ਦਿੱਤੀਆਂ, ਪਰ ਕਾਫੀ ਟਾਈਮ ਤਿੰਨਾਂ ਦੀਆਂ ਲਾਸ਼ਾਂ ਲਟਕਦੀਆਂ ਰਹੀਆਂ। ਪਰ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਦੇ ਲਈ ਅਮਰ ਹੋ ਗਏ। ਆਉਂਦੇ ਜਾਂਦੇ ਕਮੈਂਟ ਦੇ ਵਿੱਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਜ਼ਰੂਰ ਲਾਓ ਤੇ ਵੀਡੀਓ ਨੂੰ ਹੱਦ ਨਾਲੋਂ ਵੱਧ ਸ਼ੇਅਰ ਕਰੋ ਤੇ ਆਪਣੇ ਬੱਚਿਆਂ ਨੂੰ ਆਪਣੇ ਸ਼ਹੀਦਾਂ ਦੇ ਬਾਰੇ ਜ਼ਰੂਰ ਦੱਸੋ। ਤੇ ਅੱਜ ਲਈ ਇੰਨਾ ਹੀ ਤੇ ਨਵੀਂ ਵੀਡੀਓ ਦੇ ਨਾਲ ਜਲਦੀ ਹੀ ਮਿਲਦੇ ਹਾਂ। ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਾ ਦਿਓ ਬੈਲ ਦਾ ਆਈਕਾਨ।